ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੈਂ ਮਤਲਬ ਜਿਵੇਂ DPN TV ਤੋਂ ਤੁਹਾਡੀ ਖਿਦਮਤ ਹਾਜ਼ਰ ਹਾਂ। ਮੇਰੇ ਲੋ ਅਸਲਾਮ ਵਾਲੇਕੁਮ। ਅਤੇ ਗੱਲ ਅੱਜ ਦੀ ਮਾਮਲਾ ਤਾਂ ਇਸ ਤਰ੍ਹਾਂ ਹੈਗੇ ਆ, ਪਾਕਿਸਤਾਨ ਵਰਲਡ ਕੱਪ ਦੀ ਦੌੜ 'ਚੋਂ ਬਾਹਰ ਹੋ ਗਿਆ। ਮੈਂ ਪਹਿਲਾਂ ਹੀ ਆਪਣੇ ਪ੍ਰੋਗਰਾਮ 'ਚ ਕਿਹਾ ਸੀ, ਜਦੋਂ ਏਸ਼ੀਆ ਕੱਪ ਹਾਰ ਕੇ ਆਏ ਆ ਪਾਕਿਸਤਾਨ, ਬਾਬਰ ਆਜ਼ਮ ਦੀ ਕਾਰਗਰਦਗੀ ਬਹੁਤ ਸਿਫਰ ਹੈਗੀ ਆ। ਅੱਜ ਕੱਲ੍ਹ ਸਿਫਾਰਸ਼ੀ ਸਾਰੇ ਚੱਲਣ ਡੇ, ਪ੍ਰੋਗਰਾਮ ਭਰਤੀ ਹੋਇਆ। ਉੱਥੇ ਦੇਖੋ ਕਿ ਚੀਫ ਸਿਲੈਕਟਰ ਸੀ ਜਮਾਮਲ ਹੱਕ, ਉਹਦਾ ਭਾਂਜਾ ਸੀ ਮਾਮਲ ਹੱਕ। ਉੱਥੇ ਬੜੀ ਤਨਕੀਦ ਹੁੰਦੀ ਸੀਗੀ, ਉਹ ਜੀ ਇਸ ਤਰ੍ਹਾਂ ਵਾ, ਉਹ ਚੱਲਦਾ ਨਹੀਂ, ਉਹਨੇ ਆਹ ਪ੍ਰੋਗਰਾਮ ਕੀਤਾ, ਉਹ ਖੇਲ ਨਹੀਂ ਹੁੰਦਾ, ਉਹ ਕੈਚ ਆਊਟ ਹੋ ਜਾਂਦਾ ਵਾ, ਇਸ ਤਰ੍ਹਾਂ ਹੋ ਜਾਂਦਾ। ਹੁਣ ਚੀਫ ਸਿਲੈਕਟਰ ਸ਼ਾਹਿਦ ਖਾਨ ਅਫਰੀਦੀ ਸਾਡਾ, ਉਹਦਾ ਦਮਾਤ ਸ਼ਹਿਨਸ਼ਾਹ ਅਫਰੀਦੀ, ਸਿਫਰ ਬੋਲਿੰਗ ਦੇਖ ਲਓ ਉਹਦੀ, ਚਿੱਕੇ ਉਹਨੂੰ ਪੈਰੇ, ਚੌਕੇ ਪੈਰੇ, ਜਿੱਥੇ ਦਿਲ ਕਰਦਾ ਉਹਨੂੰ, ਹਰ ਬੰਦਾ ਉਹਨੂੰ ਖੇਲ ਰਿਹਾ ਉੱਥੇ। ਇੰਗਲੈਂਡ ਦੀ ਟੀਮ ਸਾਰਾ ਟੂਰਨਾਮੈਂਟ ਹਰੀ ਆ, ਬੇਕਾਰ ਖੇਲੀ ਆ। ਸਾਡੇ ਸ਼ਹਿਨਸ਼ਾਹ ਅਫਰੀਦੀ ਨੂੰ ਉਹਨਾਂ ਨੇ ਮਾਰੇ ਛਿੱਕੇ, ਇੱਦਾਂ ਮਾਰਨ ਦਾ ਹੱਕ ਹੁੰਦਾ। ਇੰਗਲੈਂਡ ਦੀ ਟੀਮ ਸਿਫਰ ਟੀਮ ਸੀਗੀ, ਦੇਖੋ 336 ਸਕੋਰ ਕਰ ਗਈ। ਕਾਹਦੀ ਕ੍ਰਿਕਟ ਖੇਲਣੇ ਯਾਰ ਤੁਸੀਂ, ਕੋਈ ਦੇਖੋ, ਕੋਈ ਖਿਆਲ ਕਰੋ। ਮੁਲਕ 25 ਕਰੋੜ ਆਵਾਮ ਤੁਹਾਨੂੰ ਦੇਖ ਰਹੀ ਆ, ਮਾਯੂਸ ਹੋ ਗਈ ਆ। 25 ਕਰੋੜ ਆਵਾਮ ਦਿਲ, ਉਹਦਾ ਦਿਲ ਦੁਖਿਆ ਉਹਨਾਂ ਵਿਚਾਰਿਆਂ ਦਾ, ਸਾਰੇ ਲੋਕਾਂ ਦਾ। ਉਹ ਕਹਿਣ ਡੇ ਆ ਸਾਡੀ ਕਿਹੜੀ ਕ੍ਰਿਕਟ ਟੀਮ ਆ ਯਾਰ, ਇਹ ਕੀ ਕਰਨਗੀ ਦੇ ਆ ਸਾਡੇ, ਇੰਨਾ ਸਾਡਾ ਟੈਕਸ ਦਾ ਪੈਸਾ ਜ਼ਾਇਆ ਕਰਦੇ ਆ, ਇੰਨੀਆਂ ਤਨਖਾਹਾਂ ਲੈਂਦੇ ਆ, ਇੰਨੀਆਂ ਮੁਰਾਦਾਂ ਲੈਂਦੇ ਆ, ਇਸ ਦੇ ਬਾਵਜੂਦ ਵੀ ਕਾਰਗਰਦਗੀ ਸਿਫਰ। ਇੰਨਾ ਦੇਖੋ 4 ਸਾਲ ਤਿਆਰੀ ਹੁੰਦੀ ਹੈ, 4 ਸਾਲਾਂ ਵਿੱਚ ਇਹਨਾਂ ਕੋਈ ਪਲੇਅਰ ਨਹੀਂ ਨਿਕਲਿਆ, ਉਹੀ ਘਸੇ ਪਿੱਟੇ ਪਲੇਅਰ ਸਾਰੇ ਵਰਲਡ ਕੱਪ ਦੇ ਵਿੱਚ ਲਿਆ ਕੇ ਚਲੇ ਗਏ ਆ। ਤੁਸੀਂ ਦੇਖੋ ਕ੍ਰਿਕਟ ਫਾਸਟ ਹੋ ਗਈ ਆ, 400 ਸਕੋਰ, 300, 350, 450, 425, ਇੰਨੇ ਨਾਲ ਸਕੋਰ ਬਣਾਉਂਦੇ ਆ, ਇਹ ਉੱਥੇ ਹੀ 225, 230, 270, 280, ਇਸ ਤਰ੍ਹਾਂ ਨਹੀਂ ਕੰਮ ਚੱਲਦਾ। ਕ੍ਰਿਕਟ ਬਹੁਤ ਫਾਸਟ ਹੋ ਗਈ ਆ, ਫਾਸਟ ਖੇਲੋ, ਜਿਹੜੀਆਂ ਪਹਿਲੀਆਂ 10 ਓਵਰਾਂ ਦਾ ਮੈਚ ਆ ਨਾ, ਉਹ ਸਾਰੇ ਮੈਚ ਦਾ ਪਾਸਾ ਪੜ ਦਿੰਦਾ ਵਾ। ਤੁਸੀਂ ਦੇਖੋ ਜ਼ਕਾਰ ਅਸ਼ਰਫ, PCB ਦਾ ਚੇਅਰਮੈਨ ਸਾਡਾ, ਜ਼ਰਦਾਰੀ ਦਾ ਬਗਲ ਬੱਚਾ, ਸਿਫਾਰਸ਼ੀ ਦਾ ਸਾਰੇ ਸਾਡੇ ਮੁਲਕ ਦੇ ਵਿੱਚ ਤੁਰੇ ਫਿਰਦੇ ਆ। ਜਿਹਨਾਂ ਨੇ ਸਿਫਾਰਸ਼ਾਂ 'ਤੇ ਆਉਣਾ ਵਾ, ਉਹਨਾਂ ਨੇ ਕੰਮ ਕੀ ਕਰਵਾਉਣਾ ਵਾ, ਖਿਲਾਉਣਾ ਕੀ ਅਤੇ ਖੇਲਣਾ ਕੀ ਆ। ਦੇਖੋ ਤੁਸੀਂ, ਇਹ ਬੜਾ ਗਲਤ ਕੰਮ ਆ। ਵਰਲਡ ਕੱਪ 4 ਸਾਲ ਬਾਅਦ, 4 ਸਾਲਾਂ ਦੀ ਯਾਦ ਸੀ ਯਾਰ, ਸਿਫਰ ਤਿਆਰੀ, ਬੜਾ ਅਫਸੋਸ ਹੋਇਆ ਵਾ। ਅਤੇ ਲਿਹਾਜ਼ਾ ਤੁਹਾਡੀ ਮਿਹਰਬਾਨੀ ਆ, ਇਹ ਤਾਂ ਤੁਹਾਨੂੰ ਸੋਚਣਾ ਪਏਗਾ, ਟੀਮ ਦੇ ਵਿੱਚ ਚੇਂਜ ਹੀ ਕਰੋ, ਫਾਸਟ ਬੋਲਰ ਲਿਆਓ। ਤਿੰਨਾਂ ਸ਼ੋਬਿਆਂ ਦੇ ਵਿੱਚ ਸਾਡੀ ਟੀਮ 0, ਬੈਟਿੰਗ, ਬੋਲਿੰਗ, ਫੀਲਡਿੰਗ। ਅੱਜ ਵੀ ਤੁਸੀਂ ਦੇਖੋ ਕਿੰਨੀ ਮਿਸ ਫੀਲਡਿੰਗ ਹੋਈ ਆ, ਜਿਹਦੇ ਵਿੱਚ ਚੌਕੇ ਲੱਗੇ ਆ, ਕੈਚ ਡਰੋਪ ਹੋਏ ਆ, ਕੈਚ ਡਰੋਪ ਅਤੇ ਮੈਚ ਡਰੋਪ। ਇੱਕ ਪਲੇਅਰ ਉਹਨਾਂ ਨਾਲ ਸਾਰੇ ਟੂਰਨਾਮੈਂਟ ਨਹੀਂ ਚੱਲਿਆ, ਇੰਗਲੈਂਡ ਦਾ ਪਲੇਅਰ 84 ਸਕੋਰ ਬਣਾ ਕੇ ਗਿਆ ਅੱਜ, ਉਹਦਾ ਕੈਚ ਛੱਡਿਆ ਸ਼ਹਿਨਸ਼ਾਹ ਅਫਰੀਦੀ ਨੇ, 84 ਸਕੋਰ ਮਾਰ ਕੇ ਗਿਆ ਅਤੇ ਬੜੇ ਧੜੱਲੇ ਨਾਲ ਮਾਰ ਕੇ ਗਿਆ ਸ਼ਾਟਾਂ। ਅਤੇ ਸਾਡੀ ਟੀਮ ਜਿਹੜਾ ਵਰਲਡ ਕੱਪ ਆ ਨਾ, ਵਰਲਡ ਕੱਪ ਵੀ 2 ਨੰਬਰ ਹੀ ਹੋ ਰਿਹਾ ਵਾ। ਆਲਮੀ ਜਿਹੜੀ ICC ਹੈਗੀ ਆ, PCB, ਉਹ ਦੇਖੋ ਕੀ ਕਰਨ ਡੇ ਆ। ਇੰਡੀਆ ਆਪਣੇ ਮੈਚ ਦੇ ਵਿੱਚ ਗੇਂਦ ਹੋਰ ਇਸਤੇਮਾਲ ਕਰਦਾ ਵਾ, ਦੂਸਰੇ ਆਪਣੇ ਮੈਚ ਹੋਰਾਂ ਨੂੰ ਹੁਣ ਹੋਰ ਗੇਂਦ ਇਸਤੇਮਾਲ ਕਰਾਉਂਦਾ ਵਾ। ਇੰਡੀਆ ਦਾ ਵਰਲਡ ਕੱਪ ਵੈਸੇ ਹੀ ਮੈਨੇ ਹੀ ਹੈਗਾ ਵਾ, ਇਹਨਾਂ ਜਿਤਾਉਣਾ ਹੀ ਇੰਡੀਆ ਨੂੰ, ਕਿਉਂਕਿ ਇੰਡੀਆ ਦੇ ਬੋਰਡ ਦੇ ਵਿੱਚ ਜ਼ਿਆਦਾ ਮੈਂਬਰ ਹੈਗੇ ਆ, ਅਤੇ ਇਸ ਦੀ ਵਜ੍ਹਾ ਨਾਲ ਉਹ ਜ਼ਿਆਦਾ ਉਹਨੇ ਕੰਮ ਕਰਨਾ ਵਾ। ਹਿੰਦੂ ਦੇਖ ਲਓ, ਕਿਸੇ ਮੁਲਕ ਨੂੰ ਉਹਨਾਂ ਨੇ ਵੀਜ਼ਾ ਜਾਰੀ ਨਹੀਂ ਕੀਤਾ ਇੰਡੀਆ ਨੇ, ਇਹ ਕਿਹੜਾ ਟੂਰਨਾਮੈਂਟ ਹੋ ਰਿਹਾ। ਸਾਡੇ ਮੁਲਕ ਦੇ ਆਵਾਮ ਨੂੰ, ਪਾਕਿਸਤਾਨ ਦੀ ਆਵਾਮ ਨੂੰ ਉਹਨੇ ਕੋਈ ਵੀਜ਼ਾ ਜਾਰੀ ਨਹੀਂ ਕੀਤਾ। ਦੇਖੋ ਇਹ ਕਿਹੜੀ ਕ੍ਰਿਕਟ ਹੋ ਰਹੀ, ਵਨ ਸਾਈਡ ਕ੍ਰਿਕਟ, ਸਾਰਾ ਸਟੇਡੀਅਮ ਇੰਡੀਆ ਦਾ ਭਰਿਆ ਸਾਰਾ, ਦੂਸਰਾ ਸ਼ਾਇਕੀ ਨਹੀਂ ਕੋਈ ਨਹੀਂ। ਇੱਕ ਸਾਡਾ ਉੱਥੇ ਕੋਈ ਪਾਕਿਸਤਾਨ ਉਹਨੇ ਨਾਰਾ ਲਾਇਆ ਕਿਤੇ ਉੱਥੇ ਹਿੰਦੁਸਤਾਨ ਦੇ ਵਿੱਚ, ਇੱਕ ਪੁਲਿਸ ਵਾਲੇ ਨੇ ਕਿਹਾ ਓਏ ਇਹ ਪਾਕਿਸਤਾਨ ਹੀ ਹੈਗਾ, ਹਿੰਦੁਸਤਾਨ ਹੈ, ਅਤੇ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਨਹੀਂ ਲਾਉਣਾ। ਕੈਸਾ ਬੁਗਤ ਉਹਨਾਂ ਦੇ ਦਿਲਾਂ 'ਚ ਭਰਿਆ ਵਾ। ਦੇਖੋ 25 ਕਰੋੜ ਆਵਾਮ ਜਿਹੜੀ ਬੜੀ ਮਾਯੂਸ ਹੋਈ ਆ, ਬਲਕਿ ਪੂਰੀ ਦੁਨੀਆ ਦੇਖਦੀ ਕ੍ਰਿਕਟ ਮੈਚ। ਕ੍ਰਿਕਟ ਮੈਚ ਦੇ ਵਿੱਚ ਪਾਕਿਸਤਾਨ ਦਾ ਨਾਮ ਆ, ਨੰਬਰ 1 ਟੋਪ ਟੀਮ ਸੀ, 0 ਤੇ ਆ ਗਈ ਟੀਮ ਸਾਡੀ। ਅਤੇ ਲਿਹਾਜ਼ਾ ਤੁਹਾਡੀ ਮਿਹਰਬਾਨੀ ਆ, ਜਿਹੜੇ ਉੱਪਰਲੇ ਬੈਠੇ ਨਾ ਸਾਡੇ ਲੋਕ, ਜਿਹੜੇ ਇਹਨਾਂ ਨੂੰ ਲਿਆਉਂਦੇ ਆ, ਮੈਨੇਜ ਕਰਦੇ ਆ, ਉਹਨਾਂ ਚਾਹੀਦਾ ਵਾ ਇਹਨਾਂ ਦੀ ਸਲਾਹ ਕਰਾਉਣ, ਜਿਹਨਾਂ ਨੂੰ ਟੀਮ 'ਚੋਂ ਕੱਢਣਾ ਵਾ ਉਹਨਾਂ ਨੂੰ ਕੱਢੋ, ਜਿਹੜੇ ਅੱਛੇ ਬੱਚੇ ਹੈਗੇ ਉਹਨਾਂ ਨੂੰ ਲਿਆਓ, ਜਿਹੜਾ ਟੈਲੈਂਟ ਹੈਗਾ, ਟੈਲੈਂਟ ਸਾਡੇ ਮੁਲਕ 'ਚ ਬਹੁਤ ਹੈਗਾ ਵਾ, ਇਹ ਟੈਲੈਂਟ ਨੂੰ ਅੱਗੇ ਲਿਆ ਕੇ ਰਾਜ਼ੀ ਨਹੀਂ ਹੈਗੇ, ਪਤਾ ਨਹੀਂ ਕੀ ਕਰਦੇ ਆ, ਸਿਫਾਰਸ਼ੀ ਦੋਸਤਾਨਾ ਮਾਹੌਲ ਸਾਰਾ ਕਰ ਕਰਾ ਕੇ। ਅਤੇ ਲਿਹਾਜ਼ਾ ਤੁਹਾਡੀ ਮਿਹਰਬਾਨੀ ਹੈ ਮੇਰੀ, ਚੀਫ ਜਸਟਿਸ ਅੱਗੇ ਵੀ ਅਤੇ ਵਜ਼ੀਰ ਆਜ਼ਮ ਅੱਗੇ ਵੀ, ਸਾਰੇ ਜਿੰਨੇ ਵੀ ਆਪਣੇ ਆਰਮੀ ਚੀਫ ਅੱਗੇ ਵੀ, ਮੇਰੀ ਇੱਕ ਰਿਕੁਐਸਟ ਹੈਗੀ ਆ, 25 ਕਰੋੜ ਦੀ ਆਵਾਮ ਦੀ ਮੈਂ ਆਵਾਜ਼ ਬਣ ਕੇ ਬੋਲ ਰਿਹਾ ਵਾਂ, ਅਤੇ ਤੁਹਾਡੀ ਮਿਹਰਬਾਨੀ ਆ। ਅਤੇ ਲਿਹਾਜ਼ਾ ਕ੍ਰਿਕਟ ਨੂੰ ਸਿੱਧਿਆਂ ਕਰੋ, ਇਹਦੀ ਸਲਾਹ ਕਰੋ, ਅਤੇ ਅੱਛੇ ਅੱਛੇ ਪਲੇਅਰ ਲਿਆਓ। ਮਿਹਰਬਾਨੀ, ਸ਼ੁਕਰੀਆ, ਪਾਕਿਸਤਾਨ ਜ਼ਿੰਦਾਬਾਦ।